सिमरू के नए वीडियोस के लिए सब्सक्राइब कीजिए और बेल आइकन को दबाना ना भूलें बिलो चल क्या आई जी ओ एक हाथ गजरा एक हाथ चूड़ी भुलियां ते लावे सुरखी गुड़ी अंग अंग विच तेरे परी शैतानी नखरे विच हुशियरी नी तू मेरी नी तू मेरी खंड मिश्री ਲੱਗੇ ਜਾਨ ਤੋਂ ਪਿਆਰੀ ਤੂੰ ਮੇਰੀ ਖੰਡ ਵਿੱਚ ਸ਼ਰੀ ਬਿੱਲੋ ਜੀ ਕਹੇ ਜੇ ਗਲਤ ਮੌਕੇ ਤੇ ਆਵਾਜ਼ ਮਾਰੀ ਚੱਲ ਮੱਥਾ ਧਮਕਾਈਏ ਉਹਦਾ ਚੱਲ 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 ਛੇਤੀ ਚੱਲ ਆਲੋ ਜੀ ਤੁਹਾਡੀ ਗ੍ਰੀਨ ਟੀ ਰਾਜਕੁਮਾਰ ਜੀ ਜਨਾਬ ਪਹਿਲੇ ਤਾਂ ਤੂੰ ਮੈਨੂੰ ਦੱਸ ਵੀ ਤੂੰ ਮੇਰਾ ਗੰਨ ਮੈਨਾਂ ਕਿ ਬਿੱਲੋ ਦਾ ਪੀਏ ਆ ਸਾਲਾ 24 ਘੰਟੇ ਬਲੂਂਗ ਡੇਂਗੂ ਤੇ ਮਗਰ ਮਗਰ ਤੁਰਿਆ ਰਹਿਣਾ ਰਸੋਈ ਚ ਕੀ ਕਰਦਾ ਸੀ ਮੈਂ ਮਿੱਠਾ ਦੇਖਦਾ ਸੀ ਮਿੱਠਾ ਦੇਖਦਾ ਸੀ ਹਾਂਜੀ ਕਾਹਦੇ ਚ ਆ ਥੋੜੀ ਹਰੀ ਚਾਹ ਚ ਸਾਲਿਆ ਗ੍ਰੀਨ ਟੀ ਚ ਕੌਣ ਮਿੱਠਾ ਪਾਉਂਦਾ ਹੁੰਦਾ ਇਹੀ ਦੇਖਦਾ ਸੀ ਕਿਤੇ ਬਿੱਲੋ ਪਾਣਾ ਦੇਵੇ ਹੋਰ ਅੰਦਰ ਖੀਰ ਰਿਜਦੀ ਐ ਖੀਰ ਦਾ ਤਾਂ ਪਤਾ ਨਹੀਂ ਪਰ ਅੰਦਰ ਥੋੜੀ ਕੋਈ ਖਿਚੜੀ ਜ਼ਰੂਰ ਪੱਕਦੀ ਆ ਨਾਲੇ ਸਾਲਿਆ ਤੇਰੇ ਵਰਗਾ ਬੇਸਾਬਰਾ ਖੀਰ ਰਿਜਣ ਦਿੰਦਾ ਕਿਉਂ ਮੈਂ ਚੁੱਲੇ ਚੋਂ ਅੱਗ ਬੁਝਾ ਦੇਣਾ ਜੀ ਸਾਲੀਆਂ ਮੱਖਣ ਮਲਾਈਆਂ ਲੋਕਾਂ ਘਰੇ ਤੇ ਰਹਿਨ ਖੂਦ ਸਾਡੇ ਘਰੇ ਕਰਨਲ ਸਾਹਿਬ ਤੁਹਾਡੇ ਪਿਆਰ ਦੇ ਭੁੱਖੇ ਅਸੀਂ ਇੱਥੇ ਕੰਮ ਕਰਦੇ ਆ ਆ ਸਾਨੂੰ ਰਹਿਨ ਖੂਦ ਜੀ ਨਾ ਸਮਝਿਆ ਕਰੋ ਓਏ ਬਕਵਾਸ ਬੰਦ ਕਰ ਫੜਾ ਗੋਲੀ ਆ ਲਓ ਉਹ ਸਾਲਿਆ ਗੋਲੀ ਮੇਰੇ ਸਿਰ ਚ ਮਾਰਨੀ ਹੈ ਮੈਂ ਬਲੱਡ ਪ੍ਰੈਸ਼ਰ ਦੀ ਗੋਲੀ ਮੰਗੀ ਆ ਡਾਕਟਰ ਨੇ ਸਿਰੇ ਸਿਰੇ ਲੈਣ ਨੂੰ ਕਿਹਾ ਆ ਡਾਕਟਰ ਸੁਣੋ ਕੁਛ ਕਹੇ ਹੈ ਨਹੀਂ ਜਨਾਬ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਤੁਸੀਂ ਆਪਣਾ ਨਾਂ ਦੋ ਵਾਰੀ ਕਿਉਂ ਰੱਖਿਆ ਸਾਲਿਆ ਦੋ ਵਾਰੀ ਕਦੋਂ ਰੱਖਿਆ ਓਏ ਫਿਰ ਸਾਨੂੰ ਲੋਕ ਐ ਆ ਕੇ ਕਿਉਂ ਕਹਿੰਦੇ ਨੇ ਕਰਨਲ ਕਰਨਲ ਸਿੰਘ ਸੰਧੂ ਘਰੇ ਆ ਜੀ ਫੜਾ ਮੂੰਹ ਤੇ ਜੰਮਣ ਤੇ ਸਾਲਿਆ ਇਹ ਆ ਕੇ ਨਹੀਂ ਪੁੱਛਦੇ ਵੀ ਕਰਨਲ ਕਰਨਲ ਸਿੰਘ ਸੰਧੂ ਘਰੇ ਆ ਆ ਕੇ ਪੁੱਛਦੇ ਆ ਕਿ ਕਰਨਲ ਕਰਨਲ ਸਿੰਘ ਸੰਧੂ ਘਰੇ ਆ ਸਾਲੀਆਂ ਮੱਖਣਾ ਮਲਾਈਆਂ ਲੋਕਾਂ ਘਰੇ ਤੇ ਰਹਿਤ ਖੂਨ ਸਾਡੇ ਘਰੇ ਇਹ ਕੀਮਾ ਸਾਹਿਬ ਹਾਂਜੀ ਹਾਂਜੀ ਪਾਣੀ ਪਾਣੀ ਹਾਂਜੀ ਪਾਣੀ ਇਹ ਮੇਰੇ ਮਾਮੇ ਦੀ ਮਾਸੀ ਦੇ ਮੁੰਡੇ ਦੀ ਭਤੀਜੀ ਮੇਰਾ ਮਤਲਬ ਸਾਡੇ ਦੂਰ ਦੀ ਰਿਸ਼ਤੇਦਾਰੀ ਚੋਂ ਆ ਅੱਛਾ ਅੱਛਾ ਇਹ ਵੀ ਵਿਆਹ ਸ਼ਾਦੀਆਂ ਵਿੱਚ ਇਕੱਠੇ ਹੁੰਦੇ ਰਹਿੰਦੇ ਆ ਬਕਵਾਸ ਕਰ ਰਹੇ ਆ ਕੈਨੇਡਾ ਤੋਂ ਆਈ ਆ ਅੱਛਾ ਜੀ ਇਹਦਾ ਅਜੇ ਤੱਕ ਵਿਆਹ ਨਹੀਂ ਹੋਇਆ ਹੁਣ ਹੋ ਜਾਊਗਾ ਜੀ ਫੇਰ ਤੂੰ ਜੋਤਸੀ ਲੱਗਿਆ ਨਹੀਂ ਜੋਤਸੀ ਤਾਂ ਨਹੀਂ ਮੈਂ ਬੰਦੇ ਦਾ ਮੂੰਹ ਦੇਖ ਕੇ ਦੱਸ ਦਿੰਦਾ ਮੂੰਹ ਤੇ ਕੀ ਲਿਖਿਆ ਹੋਇਆ ਭਲਾ ਮੇਰਾ ਤਾਂ ਦੇਖੋ ਕੀ ਲਿਖਿਆ ਮੂੰਹ ਤੇ ਆ ਤੇਰੇ ਮੂੰਹ ਤੇ ਲਿਖਿਆ ਦੁਰਫਟੇ ਮੂੰਹ ਨਾ ਤੂੰ ਸੁਖਿਆ ਹੋਇਆ ਕਿ ਹਰ ਵਾਰੀ ਆਪਣੀ ਪਤਰੀ ਵਿੱਚ ਜ਼ਰੂਰ ਖੋਲਣੀ ਆ ਤੁਸੀਂ ਕਿਵੇਂ ਆਏ ਸੀ ਮੈਂ ਜੀ ਆਪਣੇ ਲੜਕੀਆਂ ਬਾਰੇ ਆਇਆ ਸੀ ਰਿਸ਼ਤੇ ਦੀ ਗੱਲ ਕਰਨ ਠੀਕ ਹੈ ਕੁੜੀਆਂ ਦਾ ਰਿਸ਼ਤਾ ਤਾਂ ਕਿਤੇ ਕਰਨਾ ਹੀ ਆ ਪਰ ਥੋੜਾ ਮੁੰਡਿਆਂ ਬਾਰੇ ਵੀ ਦੱਸੋ ਕੁਝ ਮੁੰਡਿਆਂ ਬਾਰੇ ਮੁੰਡੇ ਤਾਂ ਜੀ ਮੇਰੇ ਗਊ ਆ ਆਲਮਾ ਸਲਮਾ ਕੁਝ ਨਹੀਂ ਖਾਂਦੇ ਬਸ ਕਿਤੇ ਕਿਤੇ ਮਾੜਾ ਮੋਟਾ ਨਮਕੀਨ ਖਾ ਲੈਂਦੇ ਆ ਕੱਲਾ ਨਮਕੀਨ ਹੀ ਖਾਂਦੇ ਆ दारू-ਦਰੂ ਨਹੀਂ ਪੀਂਦੇ ਨਾ 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 ਰੋਜ਼ ਨਹੀਂ ਪੀਂਦੇਗੇ ਜਿੱਦੇ ਥੋੜਾ ਹੱਡ ਪੈ ਟੁੱਟੇ ਨਾ ਉਹਦੇ ਹੜਾ ਲਾ ਹੀ ਲੈਂਦੇ ਆ ਤੁਹਾਨੂੰ ਪਤਾ ਹੀ ਆ ਫੇਰ ਤਾਂ ਫੀਮ ਫੂਮ ਵੀ ਸ਼ਕਲ ਲੈਂਦੇ ਹੋਣੇ ਹਾਂਜੀ ਹਾਂ ਸ਼ਕਲ ਲੈਂਦੇ ਆ ਅਕਸਰ ਜ਼ੋਰ ਦਾ ਕੰਮ ਕਰਨਾ ਪੈਂਦਾ ਜ਼ੋਰ ਦਾ ਕੰਮ ਮਸਲਨ ਮਸਲਨ ਲੋਕਾਂ ਦੇ ਟਰਾਂਸਫਾਰਮ ਚੋਰੀ ਕਰਕੇ ਵੇਚਦੇ ਮੋਟਰ ਐਡੀਆ ਐਡੀਆ ਚੋਰੀ ਕਰਕੇ ਬੇਚਣੀਆਂ ਕਰਦੇ ਸੌਕੀਆਂ ਸ਼ਾਬਾਸ਼ ਏ ਤੇਰੇ ਛਰਾਬਾ ਉਹ ਪੀਣ ਚੋਰੀਆਂ ਉਹ ਕਰਨ ਟਰਾਂਸਫਾਰਮਰ ਉਹ ਵੇਚਣ ਮੱਖਣ ਮਲਾਈਆਂ ਲੋਕਾਂ ਘਰੇ ਤੇ ਰਹਿ ਤੂੰ ਸਾਡੇ ਘਰੇ ਲਿਆ ਉਹ ਰਾਜਕੁਮਾਰ ਗੋਲੀ ਲਾ ਫੜੋ ਕੱਢੋ ਵਿੱਚ ਇਹ ਨਹੀਂ ਸਾਲਿਆ ਬਲੱਡ ਪ੍ਰੈਸ਼ਰ ਦੀ ਮੈਂ ਆਪਣੇ ਵਿੱਚ ਦੀ ਕੱਢਣੀ ਆ ਲਾ ਫੜੋ ਕੱਢੋ ਕਿੱਥੋਂ ਦੀ ਕੱਢੋਗੇ ਕਢਾਵਾਂ ਸੱਸੀ ਕਾਲ ਜੀ ਕਿਵੇਂ ਆਇਆ ਮੈਨੂੰ ਲੱਗਦਾ ਤੁਰਕੀ ਆ ਕੋਈ ਸਾਈਕਲ ਸਕੂਟਰ ਤਾਂ ਦਿਸ ਨਹੀਂ ਰਿਹਾ ਤੂੰ ਟਾਂਗਾ ਭੇਜ ਦੇਣਾ ਸੀ ਕੀ ਚਾਹੀਦਾ ਪੈਸੇ ਚਾਹੀਦੇ ਜੀ ਇੱਥੇ ਟਕਸਾਲ ਖੋਲੀ ਆ ਪੈਸੇ ਚਾਹੀਦੇ ਆ ਸਵੇਰੇ ਸਵੇਰੇ ਮੂੰਹ ਚਾਕੇ ਮੰਗਣ ਆ ਜਾਂਦੇ ਆ ਦਹੀਂ ਜਾਂ 10 ਰੁਪਏ ਤੇਰੇ ਕੋਲ ਹੁਣ ਟੁੱਟੇ ਮੇਰੇ ਕੋਲੇ ਟੁੱਟੇ ਤਾਂ ਹੋਣੇ ਨਹੀਂ ਜੀ ਮੈਨਲਾ ਤਾਂ ਠਹਿ ਨਹੀਂ ਹੈਗੀ ਐ ਆ ਲੈ ਕਿਉਂ ਜੀ ਸਵੇਰੇ ਸਵੇਰੇ ਮਜ਼ਾਕ ਕਰਨ ਲੱਗੇ ਹੋ ਸ਼ਾਮ ਨੂੰ ਆ ਜੀ ਸ਼ਾਮ ਨੂੰ ਕਰ ਲਾਂਗੇ ਇੱਥੇ ਤਾਂ ਸਾਰਾ ਦਿਨ ਮਜ਼ਾਕ ਹੀ ਚੱਲਦਾ ਹੈ ਆ ਮੇਰੇ ਵੱਲ ਦੇਖ ਲੋ ਤਨਖਾਹ ਤਾਂ ਮਿਲਦੀ ਨਹੀਂ ਬਸ ਬੇਇਜ਼ਤੀ ਬੁੱਤੀ ਕਰਕੇ ਸਾਰ ਲੈਂਦਾ ਹੁਣ ਤੂੰ ਦੱਸ ਕਰਾਉਣੀ ਆ ਉਹ ਮੈਂ ਇੱਥੇ ਬੇਇਜ਼ਤੀ ਕਰਾਉਣ ਨਹੀਂ ਆਇਆ ਨਾਲੇ ਮੈਂ ਕੋਈ ਮੰਗਤਾ ਨਹੀਂ ਜਿਹੜਾ ਭੀਖ ਮੰਗਣ ਆਇਆ ਮੈਂ ਤਾਂ ਆਪਣੇ ਸੋਨੇ ਦੇ ਪੈਸੇ ਲੈਣ ਆਇਆ ਨਾ ਸੋਨੇ ਨੂੰ ਅਸੀਂ ਤੇਰੇ ਕੋਲੋਂ ਮੋਹਰਾ ਬਣਾ ਲਿਆ ਮੋਹਰਾ ਨਹੀਂ ਜਿਹੜੀਆਂ ਮੁੰਦੀਆਂ ਬਣਾਈਆਂ ਸੀ ਉਹ ਵੀ ਸੋਨੇ ਦੀਆਂ ਮੈਂ ਮੁੰਦੀਆਂ ਬਣਾਈਆਂ ਸੀ ਤੇਰਾ ਦਿਮਾਗ ਤਾਂ ਠੀਕ ਆ ਇੱਕ ਮਿੰਟ ਓਏ ਕਿਤੇ ਤੂੰ ਆਪਣੀ ਇੰਦਰਾ ਬਿੱਲੀ ਨੂੰ ਤਾਂ ਨਹੀਂ ਬਣਾ ਕੇ ਦੇ ਦਿੱਤੀਆਂ ਤੁਸੀਂ ਜਨਾਬ ਸੋਨੇ ਦੀ ਗੱਲ ਕਰਦੇ ਹੋ ਮੈਂ ਤਾਂ ਉਸ ਵਿਚਾਰੀ ਨੂੰ ਕਦੇ ਲੋਹੇ ਦਾ ਘੜਾ ਤੱਕ ਨਹੀਂ ਬਣਾ ਕੇ ਦਿੱਤਾ ਬਸ ਸੋਕੇ ਤੇ ਮਿਲ ਮਾਈਆ ਸਾਲਾ ਮੁਫਤ ਖੋਰਾ ਆ ਭਾਈ ਸਾਹਿਬ ਆ ਮੇਰੇ ਨੌਕਰ ਨੂੰ ਧਿਆਨ ਨਾਲ ਵੇਖੋ ਆ ਕਿਤੇ ਇਹ ਤਾਂ ਨਹੀਂ ਤੁਹਾਡੇ ਕੋਲ ਮੁੰਡੀਆਂ ਲੈਣ ਆਇਆ ਨਹੀਂ ਜੀ ਉਹ ਤਾਂ ਸੋਹਣੇ ਜਿਹੇ ਮੁੰਡੇ ਸੀ ਸਾळ्या ਮੇਰੇ ਪਿੱਤ ਹੋਈ ਐ ਨਹੀਂ ਜੀ ਮੇਰਾ ਮਤਲਬ ਤਾਂ ਸੋਹਣੇ ਜਿਹੇ ਦੋ ਮੁੰਡੇ ਸੀ ਨਾਲੇ ਮੈਨੂੰ ਤੁਸੀਂ ਆਪ ਫੋਨ ਕਰਕੇ ਕਿਹਾ ਸੀ ਕਿ ਇਹਨਾਂ ਨੂੰ ਮੁੰਡੀਆਂ ਦੇ ਦਿਓ ਮੈਂ ਫੋਨ ਕੀਤਾ ਸੀ ਉਹ ਆਵਾਜ਼ ਮੇਰੀ ਸੀ ਨਹੀਂ ਜੀ ਆਵਾਜ਼ ਤਾਂ ਮੈਨੂੰ ਕਿਸੇ ਹੋਰ ਦੀ ਲੱਗਦੀ ਸੀ ਸ਼ਾਬਾਸ਼ ਏ ਤੇਰੇ ਆਵਾਜ਼ ਕਿਸੇ ਹੋਰ ਦੀ ਤੇ ਪੈਸੇ ਲੈਣ ਤੂੰ ਮੇਰੇ ਘਰੇ ਆ ਗਿਆ ਪਾ ਵੇ ਰੱਬਾ ਮੱਖਣਾ ਮਲਾਈਆਂ ਲੋਕਾਂ ਕਰੇ ਤੇ ਸਾਲੀ ਰੈਂਟ ਖੂਦ ਮੇਰੇ ਘਰੇ ਫੜਾਓ ਮੁੰਡਿਆ ਗੋਲੀ ਸਾਲੇ ਦੇ ਗੋਲੀ ਕੱਢਦੇ ਵਿੱਚ ਦੀ ਮੈਂ ਬਲੱਡ ਪ੍ਰੈਸ਼ਰ ਦੀ ਗੋਲੀ ਮੰਗੀ ਆ ਇੱਕ ਤਾਂ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਕਿਹੜੀ ਗੋਲੀ ਮੰਗਦਾ ਤੁਸੀਂ ਨਾਲੇ ਪਰਹੇਜਪੁਰ ਹੂਜ ਕਰ ਲਿਆ ਕਰੋ ਤਾਂ ਦੇਖ ਲੋ ਅੱਖਾਂ ਬੁਲਬੁਲੇਆਂ ਵਰਗੀਆਂ ਕਰ ਰੱਖੀਆਂ ਨੇ ਸਾਲਾ ਬੁਲਬੁਲੇ ਦਾ ਤੂੰ ਮੈਨੂੰ ਰਿਸ਼ਤਾ ਕਰਾਉਣਾ ਹੁਣ ਭਾਲਦੇ ਆ ਡੋਲੇ ਇਸ ਉਮਰ ਚ ਕੀ ਗੱਲ ਅੰਕਲ ਕੌਣ ਸੀ ਏ ਸਨਿਆਰਾ ਸੀ ਮੁੰਡੀਆਂ ਕੋਈ ਹੋਰ ਲੱਗੇ ਸਾ ਪੈਸੇ ਮੇਰੇ ਕੋਲੋਂ ਮੰਗਣ ਆ ਗਿਆ ਜਨਾਬ ਕਿਤੇ ਤੁਸੀਂ ਤਾਂ ਨਹੀਂ ਕਿਸੇ ਨੂੰ ਬਾਹਰ ਹੀ ਕਰਵਾ ਕੇ ਦਿੱਤੀਆਂ ਮੁੰਡੀਆਂ ਤੂੰ ਸਾਲਾ ਬਾਹਰ ਨੂੰ ਰੋਣਾ ਮੈਂ ਕਦੇ ਆਪਣੀ ਘਰ ਵਾਲੇ ਨੂੰ ਨਹੀਂ ਕਰਵਾ ਕੇ ਦਿੱਤੀਆਂ ਉਹ ਵਿਚਾਰੀ ਕੱਚ ਦੀਆਂ ਬੰਗਾ ਪਾਉਂਦੀ ਹੈ ਮਰ ਗਈ ਉਹ ਤੂੰ ਤੁਸੀਂ ਆਪਸ ਵਿੱਚ ਅੰਕਲ ਕਿਉਂ ਲੜਦੇ ਹੋ ਆਪੇ ਸਭ ਕੁਝ ਠੀਕ ਹੋ ਜੂ ਸਾਰਾ ਕੁਝ ਆਪੇ ਠੀਕ ਹੋਣ ਵਾਲਾ ਨਹੀਂ ਇਹ ਤਾਂ ਹੁਣ ਮੈਨੂੰ ਹੀ ਠੀਕ ਕਰਨਾ ਪੈਣਾ ਕਿਉਂਕਿ ਇਹ ਸਾਰੇ ਫੁਕਰਿਆਂ ਦੀ ਚਾਲ ਆ ਤੁਸੀਂ ਮੇਰੀ ਚਿੰਤਾ ਨਾ ਕਰੋ ਆਰਮੀ ਵਾਲੇ ਡਿਸਪਲਿਨ ਦੇ ਪੱਕੇ ਹੁੰਦੇ ਆ ਮੈਂ ਟਾਈਮ ਤੇ ਪਹੁੰਚ ਜੂ ਹਾਂ ਥੈਂਕ ਯੂ ਸਾਲੇ ਇੰਨੇ ਚਾਲਬਾਜ਼ ਮੇਰਾ ਨਾਂ ਲੈ ਕੇ ਸਨਿਆਰੇ ਤੋਂ ਮੁੰਡੀਆਂ ਲਾਏ ਆਖੇ ਕਰਨਲ ਸਾਹਿਬ ਨੇ ਮੰਗਾਈਆਂ ਸਾਲੇ ਫਰਾਡ ਜੇ ਕਿਤੇ ਹੁਣ ਮੇਰੇ ਮੱਥੇ ਲੱਗ ਗਿਆ ਮੈਂ ਸਾਲਾਂ ਦੇ ਗੋਲੀ ਮਾਰ ਦੇਣੀ ਆ ਆ ਚੱਕੋ ਪੂਰਾ ਪਤਾ ਹੀ ਮੈਂ ਚਪੇੜ ਮਾਰੂ ਮੈਂ ਇਸ ਗੋਲੀ ਦੀ ਗੱਲ ਨਹੀਂ ਕੀਤੀ ਮੈਂ ਇਹਦੀ ਗੱਲ ਕੀਤੀ ਆ ਇੱਕ ਤਾਂ ਸਾਰਾ ਦਿਨ ਮੈਂ ਇਸੇ ਭੱਬਲ ਪੂਸੇ ਚ ਪਿਆ ਰਹਿਣਾ ਵੀ ਤੁਸੀਂ ਕਿਹੜੀ ਗੋਲੀ ਦੀ ਗੱਲ ਕਰਦੇ ਹੋ ਐਸੇ ਕਰਕੇ ਮੇਰੇ ਅੰਦਰ ਪੜਾਸ ਭਰੀ ਰਹਿੰਦੀ ਹੈ ਬਸ ਇੱਕਾ ਛੋਟੇ ਕਦ ਨੂੰ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਹੈ ਕਿ ਸਾਲੇ ਪੜਾਸ ਭਰਦੀ ਬਹੁਤ ਜਲਦੀ ਆ ਹਾ ਵਾਹ ਮੇਰੇ ਰੱਬਾ ਮੱਖਣ ਮਲਾਈਆਂ ਲੋਕਾਂ ਕਰੇ ਤੇ ਰੈਂਟ ਖੂਨ ਸਾਡੇ ਕਰੇ ਸਾਲਿਆ ਸਾਡਾ ਬਿੱਲਾ ਸਾਨੂੰ ਐਵੇਂ ਮੇਰਾ ਡਾਲਗ ਮੇਰੇ ਮੂੰਹ ਤੇ ਹੀ ਉਹ ਸਾਬੀ ਘੱਟ ਤੋਂ ਘੱਟ ਕਹਾਵਤਾ ਸਹੀ ਕਰ ਲਿਆ ਕਰੋ ਬਿੱਲਾ ਨਹੀਂ ਬਿੱਲੀ ਹੁੰਦੀ ਐ ਜੇ ਇਹੀ ਬਕਵਾਸ ਤੇਰੀ ਬਿੱਲੋਂ ਨੇ ਕੀਤੀ ਹੁੰਦੀ ਮੈਂ ਬਿੱਲੀ ਐ ਕਹਿਣਾ ਸੀ ਸਾਲਿਆਂ ਬਾਗੜ ਬਿਲੇ ਕੇ ਦਾ ਮੂੰਹ ਕੀਤਾ ਬਿੱਲਾ ਹੀ ਕਹਿਣਾ ਸੀ ਮੈਂ ਹੁਣ ਕੰਮ ਦੀ ਗੱਲ ਸੁਣ ਕੋਈ ਐਸਾ ਬਦਮਾਸ਼ ਲੱਭ ਜਿਹੜਾ ਕੁੜੀਆਂ ਦੀ ਰਾਖੀ ਕਰ ਸਕੇ ਤੇ ਸਾਲੇ ਮਸਟੰਡਿਆਂ ਨੂੰ ਨੱਥ ਪਾ ਸਕੇ ਤੇ ਮਾਲਕੋ ਮੇਰੇ ਨਾਲੋਂ ਵੱਡਾ ਬਦਮਾਸ਼ ਤੁਹਾਨੂੰ ਹੋਰ ਕੌਣ ਲੱਭ ਸਕਦਾ ਭਲਾ ਓ ਯਾਰ ਅਮੀ ਹਾਸਾ ਨਾ ਕੜਾ ਹਾਸੇ ਵਾਲੀ ਗੱਲ ਨਹੀਂ ਮਾਲਕੋ ਜੇ ਕਿਤੇ ਮੈਂ ਟਾਈਮ ਨਾਲ ਫਿਲਮਾਂ ਚ ਗਿਆ ਹੁੰਦਾ ਨਾ ਤਾਂ ਮੈਂ ਸ਼ਕਤੀਕਪੂਰ ਵਾਲੀ ਥਾਂ ਲੈਣੀ ਸੀ ਹੁਣ ਲੈ ਲੈ ਲਵਾ ਕਿਵੇਂ ਸ਼ਕਤੀਕਪੂਰ ਵੇਚਦੇ ਹੀ ਨਹੀਂ ਗੱਬਰ ਸਿੰਘ ਵਾਲੀ ਲੈ ਲੈ ਉਹ ਤਾਂ ਖਾਲੀ ਪਈ ਹੋਣੀ ਆ ਨਾਲੇ ਤੇਰੀ ਪੜਾਸ ਨਿਕਲ ਜੂ ਗੱਬਰ ਸਿੰਘ ਤੋਂ ਯਾਦ ਆਇਆ ਹੈ ਮੇਰੀ ਨਿਗਾ ਚੱਕ ਬਦਮਾਸ਼ ਗੱਬਰ ਸਿੰਘ ਬਈ ਰਾਜਕਮਾਨ ਹਾਂਜੀ ਇਹ ਮੁੰਡਾ ਕੌਣ ਆ ਵੀ ਪੜੀਆਂ ਮੱਥੇ ਤੇ ਪੱਟੀਆਂ ਬੰਨੀਆਂ ਜਿਵੇਂ ਹਸਪਤਾਲੋਂ ਆਇਆ ਹੁੰਦਾ ਇਹੋ ਹੀ ਤਾਂ ਹੈ ਜੀ ਜਿਹਨੂੰ ਕੱਲ ਫੋਨ ਕੀਤਾ ਸੀ ਗੱਬਰ ਬਦਮਾਸ਼ ਇਹਨੂੰ ਦੇਖ ਕੇ ਤਾਂ ਲੋਕ ਰਾਹ ਛੱਡ ਜਾਂਦੇ ਨੇ ਕੀ ਗੱਲ ਐ ਨਾ ਮੁਸ਼ਕ ਮਾਰਦਾ ਪੁੱਲ ਕਰ ਰੱਖ ਦੋ ਮੈਂ ਕਹ ਮੁੰਨ ਕੇ ਰੱਖ ਦੂੰਗਾ ਮੈਂ ਕਮਾਲ ਕਰੀ ਜਾਂਦੇ ਹਾਂ ਉਹ ਕਿਹੜੀ ਮੁਸ਼ਕ ਉਹ ਇਹ ਤਾਂ ਸਾਡੀ ਦਹਿਸਤ ਹੈ ਪੁੰਨ ਕੇ ਰੱਖ ਦੋ ਬੜਾ ਗਰਮਾ ਯਾਰ ਇਹ ਤਾਂ ਹਾਂਜੀ ਇਹ ਤਾਂ ਇਨਾ ਗਰਮਾ ਇਹ ਤਾਂ ਚਾਹੇ ਪਾਣੀ ਦਿੱਤਾ ਕਰ ਲੋ ਤਾਂ ਹੀ ਲੱਗਦਾ ਮੱਥੇ ਤੇ ਠੰਡੀਆਂ ਪੱਟੀਆਂ ਬੰਨੀਆਂ ਹੋਈਆਂ ਖੋਲ ਇਹਨਾਂ ਨੂੰ ਓਏ ਜੇ ਪੱਟੀਆਂ ਹੀ ਖੋਲ ਤੀ ਤਾਂ ਮੈਂ ਬਦਮਾਸ਼ ਕਿੱਦਾਂ ਲੱਗੂੰਗਾ ਮਾਫ ਕਰਨਾ ਭਾਈ ਸਾਹਿਬ ਇਹਨਾਂ ਪੱਟੀਆਂ ਨਾਲ ਬਦਮਾਸ਼ ਘੱਟ ਤੇ ਮਾਤਾ ਦੇ ਭਗਤ ਵੱਧ ਲੱਗਦੇ ਮੈਂ ਕਹ ਕਰਨਲ ਸਾਹਿਬ ਜਿਵੇਂ ਤੁਸੀਂ ਵਰਦੀ ਪਾ ਕੇ ਕਰਨਲ ਲੱਦੇ ਹੋ ਉਵੇਂ ਅਸੀਂ ਵਰਦੀ ਪਾ ਕੇ ਬਦਮਾਸ਼ ਲੱਗਦੇ ਆ ਉਹਨੇ ਬੰਦੇ ਤੁਸੀਂ ਫੌਜ ਚ ਨਹੀਂ ਮਾਰੇ ਹੋਣੇ ਜਿੰਨੇ ਅਸੀਂ ਤੁਸੀਂ ਕੰਮ ਮਤਾ ਸੋ ਕੰਮ ਉਹ ਯਾਰ ਕੰਮ ਕਾਦਾ ਮੇਰੀਆਂ ਭਤੀਜੀਆਂ ਕਾਲਜ ਚ ਪੜ੍ਹਦੀਆਂ ਬਸ ਉਹਨਾਂ ਦੀ ਰਖਵਾਲੀ ਕਰਨੀ ਆ ਐਜ਼ ਅ ਬਾਡੀਗਾਰਡ ਭਾਈ ਕੋਈ ਉਹਨਾਂ ਨੂੰ ਮਸਟੰਡਾ ਤੰਗ ਨਾ ਕਰੇ ਤੇ ਫਿਕਰ ਨਾ ਕਰਨਲ ਸਾਹਿਬ ਮੁੰਨ ਕੇ ਰੱਖਵਿਆਂ ਦਾ ਮੈਂ ਕਹਾ ਮੁੰਨ ਕੇ ਰੱਖ ਦੇਵਾਂਗਾ ਸਾਲੇ ਤੈਨੂੰ ਮੈਂ ਬਾਡੀਗਾਰਡ ਬੁਲਾਉਣ ਨੂੰ ਕਿਹਾ ਸੀ ਆ ਕਿ ਮੁੰਨਣ ਤੂੰ ਨਾਲੇ ਘੱਟੇ ਕਰ ਲੈ ਏ ਕੀ ਆ ਓਏ ਜੀ ਆ ਜੀ ਉਹ ਤਾਂ ਮੈਨੂੰ ਵੀ ਦੇਂਦੀ ਆ ਗੱਡੀ ਆ ਕਿਹਨੂੰ ਪੁੱਛ ਕੇ ਮੇਰੇ ਘਰ ਦੇ ਅੰਦਰ ਗੱਡੀ ਵਾਰਡਰਨ ਚੋਰੀ ਦੀ ਬਾਹਰ ਕੱਢੋ ਇਹਨੂੰ ਕੱਢੋ ਉਹ ਅਸੀਂ ਕਮਾਈ ਕਰਕੇ ਲਿਆਂਦੀ ਆ ਜੀ ਹਾਂ ਹਾਂ ਡਾਕੇ ਦੀ ਆ ਪਹਿਲਾਂ ਸਾਲਿਓ ਥੋੜੀਆਂ ਥੋੜੀਆਂ ਚੋਰੀਆਂ ਕਰਦੇ ਸੀ ਤੇ ਹੁਣ ਮੋਟੀਆਂ ਮੋਟੀਆਂ ਕਰਨ ਲੱਗੇ ਸ਼ਾਬਾਸ਼ੇ ਕਰਕੇ ਤਰੱਕੀ ਵੀ ਬਹੁਤ ਕਰਨਲ ਸਾਹਿਬ ਮਾੜੀ ਮੋਟੀ ਸੋਚ ਉੱਚੀ ਰੱਖਿਆ ਕਰੋ ਹੁਣ ਅਸੀਂ ਚੋਰੀਆਂ ਠਗੀਆਂ ਮਾਰਦੇ ਫਿਰਾਂਗੇ ਆਹੋ ਹੁਣ ਸੋਚ ਉੱਚੀ ਰੱਖਣ ਨੂੰ ਇਹ ਪਾਣੀ ਵਾਲੀ ਟੈਂਕੀ ਤੇ ਬੈਠ ਕੇ ਸੋਚਣਾ ਕੀ ਬਕਵਾਸ ਕਰ ਰਿਹਾ ਓਏ ਤੇ ਨਾਲੇ ਤੁਸੀਂ ਹੁਣ ਆਪਦਾ ਭਾਰ ਹੌਲਾ ਕਰੋ ਆ ਰੀਤ ਨੂੰ ਤੇ ਸਿਮਰ ਨੂੰ ਸਾਡੇ ਨਾ ਤੋਰੋ ਉਹ ਭਾਰ ਹੌਲਾ ਕਰਨੂ ਨੇ ਤੇ ਸਿਰ ਤੇ ਤੂੜੀ ਦੀ ਪੜ ਰੱਖੀ ਹੋਈ ਐ ਤੂੰ ਸਾਲਿਆ ਤੂੜੀ ਚ ਕਾਂ ਮੇਰੇ ਸਿਰ ਤੇ ਚ ਚਕਾਈ ਥੋੜੀ ਐ ਮੈਂ ਤਾਂ ਉਦਾਹਰਨ ਦਿੱਤੀ ਐ ਬਸ ਇਹਨੂੰ ਚਿਪੜਾ ਜਾ ਸਾਲੇ ਨੂੰ ਚੱਜ ਦੀ ਧਾਰਨ ਨਹੀਂ ਦੇਣੀ ਆਉਂਦੀ। ਓ ਘਪਰਾ ਮਸ ਸਾਲਿਆਂ ਦੇ ਗੋਲੀ। ਗੋਲੀ ਗੋਲੀ ਮਾਰ ਕੇ ਸਾਭ ਜੀ ਅਸੀਂ ਆਪਣਾ ਕੈਰੀਅਰ ਨਹੀਂ ਖਰਾਬ ਕਰਨਾ। ਅੱ ਪਹਿਲੀ ਵਾਰ ਹੀ ਪਤਾ ਲੱਗਿਆ ਕਿ ਸਾਲਾ ਬਦਮਾਸ਼ਾਂ ਦਾ ਵੀ ਕੋਈ ਕੈਰੀਅਰ ਹੁੰਦਾ। ਫਿਰ ਸਾਰੇ ਦਿਨ ਪੁੰਨ ਕੇ ਰੱਖ ਦੂੰ ਪੁੰਨ ਕੇ ਰੱਖ ਦੂੰ ਕਿਉਂ ਕਰਦਾ ਰਹਿਣਾ? ਓ ਗਾਲ ਸੋਹ ਝੌਂ ਜਿਆ ਅਸੀਂ ਕੋਈ ਬਦਮਾਸ਼ ਨਹੀਂ ਕੇ। ਅਸੀਂ ਭਾਈ ਸਾਹਿਬ ਕਲਾਕਾਰ ਬੰਦੇ ਆ। ਇਹਦਾ ਫਿਲਮ ਡਾਇਰੈਕਟਰ ਨੇ ਸਾਨੂੰ ਡਾਇਲੋਗ ਦਿੱਤੇ ਸੀਗੇ। ਉਹ ਰੱਟਾ ਲਾਉਂਦੇ ਫਿਰਦੇ ਆ। ਕਮਾਲ ਕਰੀਏ ਨੇ ਤੂੰ। ਪੁੰਨ ਕੇ ਰੱਖ ਦਿਆਂਗਾ। ਸਾਲਾ ਪੁੰਨ ਕੇ ਰੱਖਣ ਨੂੰ ਤੇਰੀ ਮਾਂ ਸ਼ਕਰ ਕਰਦੀ ਆ। ਦਬਾਉ ਉਹ ਸਾਲਾ ਮੈਂ ਬਲੱਡ ਪ੍ਰੈਸ਼ਰ ਦੀ ਨਹੀਂ ਮੱਕੀ ਦੂਜੀ ਮੰਗੀ ਆ ਮੈਂ ਕਹਿੰਦਾ ਅੱਜ ਹੀ ਪੱਤੇ ਚੋਂ ਕੱਟ-ਕੱਟ ਬਾੜ ਦੋ ਸਰੇ ਨਾਲ ਤੇਰੀ ਮੈਂ ਤੂੰ ਮੈਨੂੰ ਫੜਾ ਗੋਲੀ ਆ ਲੈ ਫੜੋ ਗੋਲੀ ਹੈਗੀ ਆ ਵਿੱਚ ਨਹੀਂ ਉਹ ਤਾਂ ਧੋਕੇ ਸੁੱਕਣੇ ਪਾਈਆਂ ਹੋਈਆਂ ਸਾਲਾ ਸੁੱਕੜੇ ਪਾਉਣ ਨੂੰ ਸੁਲਾਵ ਗਿਆ ਸੀ ਉਹ ਅੱਜ ਸਾਲਾ ਸ਼ੇਰਾ ਵੀ ਨਹੀਂ ਆਇਆ ਲੈ ਆ ਗਿਆ ਕਿਉਂ ਏ ਮੈਨੂੰ ਪਿੱਛੇ ਛੱਡ ਕੇ ਭੱਜਿਆ ਸੀ ਹੁਣ ਦੇਖੋ ਹੁਣ ਪਾਉਂ ਸਾਲਿਓ ਰੰਗ ਚ ਪੰਗ ਆ ਜਾ ਪਤੰਦਰਾ ਆ ਜਾ ਤੇਰੇ ਨਾਲ ਰਿਸ਼ਤੇਦਾਰੀ ਪੱਕੀ ਪਰ ਸਾਲਿਆਂ ਨੂੰ ਡਾਂਗਾ ਮਾਰ-ਮਾਰ ਕੇ ਘਰੋਂ ਕੱਢ ਦੇ ਇਹਨਾਂ ਨੂੰ ਹਾਂ ਉਹ ਤੂੰ ਬੰ ਨੂੰ ਫੜਾ ਉਰੇ ਮੈਂ ਗੋਲੀ ਮਾਰ ਦੇਣੀ ਇਹਨਾਂ ਨੂੰ ਉਹ ਗੋਲੀ ਹੈ ਨਹੀਂ ਇਹਦੇ ਚ ਉਹ ਮੈਂ ਕਿਹੜਾ ਸੱਚੀ ਮਾਰਨੀ ਆ ਸ਼ੇਰਾ ਜੀ ਇਹ ਕੀ ਕਰ ਰਹੇ ਹੋ ਗੋਲੀ ਨਹੀਂ ਮਾਰਨੀ ਉਹ ਕਿਤੇ ਸੱਚੀ ਨਾ ਗੋਲੀ ਮਾਰ ਦੇ ਆਪਾਂ ਆਪਾ ਚਲੀਏ ਉਹ ਨਹੀਂ ਨਹੀਂ ਯਾਰ ਐ ਕਿਵੇਂ ਮਾਰੂ ਆਪਣਾ ਤਾਂ ਯਾਰ ਹੈ ਨਾਲੇ ਬੰਦੂਕ ਤਾਂ ਖਾਲੀ ਹੈ ਸਾਲਿਆ ਤੂੰ ਤਾਂ ਕਹਿੰਦਾ ਸੀ ਗੋਲੀਆਂ ਸੁੱਕਣੇ ਪਾਈਆਂ ਇੱਕ ਗੋਲੀ ਟੀਟ ਸੀ ਕਹਿੰਦੀ ਮੈਂ ਨਹੀਂ ਲਾਉਣਾ ਸਾਲਿਆ ਤੇਰੇ ਵਰਗੀ ਹੋਣੀ ਆ